Thank you.
संबंध जेड़ा है समाज नाल गुरु दा जोड़िया उस संबंध विच ही दो चार लफ्ज कहना चाहिए मां बाप अंदरलियां भावनावां शब्दों का रूप धारण कर दियां उस असीस दिवान हाथ मारो जो कुछ असी चाहते होंगे कुछ साढ़े अल्फाज बन गए बच्चे के जन्म के संबंध में ही गुरु हरगोबिंद पातशाह जी के इतिहासिक संबंध में वैसे तो गुरु जन्म का नहीं पर चलो इतिहासिक संबंध में जो शब्द शब्दबाणी कहते हैं शब्द के अगे दो लाइन बड़ी आपस में साझी तन जमे भगत गोविंद का गोविंद का भगत प्रभु बंदगी करने वाला पुत्र पैदा होया अंगोले स्वाभाविक ही ऐसी गल नहीं अगले पास इसे शब्द कुछ अगे जाके एक लाइन सतगुरु फरमाते हैं कहते मन चिंदया सतगुरु दिवाया
ਵੀ ਜੋ ਮਨ ਵਿੱਚ ਖਾਸ਼ ਸੀ ਉਹ ਮਿਲਿਆ। ਇਸਦਾ ਮਤਲਬ ਮਾਤਾ ਪਿਤਾ ਦੇ ਮਨ ਦੀ ਚੰਦਿਆਈ ਇਹ ਸੀ ਗੋਬਿੰਦ ਦਾ ਭਗਤ ਪੁੱਤਰ ਪੈਦਾ ਹੋਵੇ। ਇਸ ਗੱਲ ਨੂੰ ਗੁਰੂ ਦਸਮ ਪਾਤਸ਼ਾਹ ਜੀ ਨੇ ਵੀ ਤਸਵੀਰ ਕੀਤਾ। ਉਹ ਵੀ ਕਹਿਣ ਲੱਗੇ ਮੈਂ ਐਵੇਂ ਨਹੀਂ ਆਇਆ, ਤਾਤ ਮਾਤ ਮੁਰ ਅਲਖ ਅਰਾਦਾ, ਬਹੁ ਵਿਧ ਜੋਗ ਸਾਧੇ ਨਾ ਸਾਧਾ, ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭੈ ਪ੍ਰਸੰਨ ਗੁਰਦੇਵਾ। ਤਾਂ ਐਵੇਂ ਨਹੀਂ, ਇਸਦਾ ਮਤਲਬ ਜੋ ਕੁਝ ਮਨ ਚੰਦਿਆ ਹੁੰਦਾ ਉਹ ਕੁਝ ਹੀ ਮਿਲਦਾ। ਜੇ ਮਨ ਚੰਦਿਆ ਇਹ ਸੀ ਤਾਂ ਜੰਮੀ ਭੂਤ ਭਗਤ ਗੋਬਿੰਦ ਦਾ ਮਨ ਚੰਦਿਆ ਸਤਿਗੁਰੂ ਦਿਵਾਇਆ। ਇਸਦਾ ਮਤਲਬ ਬੱਚੇ ਦੀ ਜ਼ਿੰਦਗੀ ਉਹ ਕੁਝ ਬਣਦੀ ਹੈ ਜੋ ਮਾਂ ਬਾਪ ਦੀਆਂ ਇੱਛਾਵਾਂ ਹੋਣ। ਬੜਾ ਕੰਮ ਕਰਦੇ ਮਿਹਨਤ ਕਰ ਰਿਹਾ ਸਾਂ, ਉਹ ਇੱਛਾਵਾਂ ਹੀ ਦੂਜੇ ਲਫ਼ਜ਼ਾਂ ਵਿੱਚ ਅਸੀਂ ਸੰਬੰਧੀਆਂ ਨੇ, ਅਸੀਂ ਵੀ ਪੜ੍ਹੀਆਂ ਅਸੀਂ ਸਦੇ ਹਰ ਮਾਂ ਬਾਪ ਦੇ ਬੱਚੇ ਨੂੰ ਗੋਦੀ ਬਿਠਾਉਂਦੇ, ਸਿਰ ਤੇ ਪਿਆਰ ਦਿੰਦਾ, ਆਪਣੀਆਂ ਆਸ਼ਾਵਾਂ ਨੂੰ ਲਫ਼ਜ਼ਾਂ ਦਾ ਰੂਪ ਸ਼ਬਦਾਂ ਦਾ ਰੂਪ ਦਿੰਦਾ ਤੇ ਕਹਿੰਦਾ ਅੱਗੇ ਵਾਲ ਵਿੱਚ ਹੱਥ ਮਾਰੋ। ਜਿਹੜੀਆਂ ਅਸੀਸਾਂ ਅਸੀਂ ਦਿੰਦੇ ਹਾਂ ਉਹਨਾਂ ਦੇ ਲਫ਼ਜ਼ ਕੀ ਹੁੰਦੇ ਨੇ? ਹਾਂ ਇਹ ਗੱਲ ਤੇ ਐਨੀ ਕੁ ਹਰ ਜ਼ਬਾਨ ਤੇ ਹੁੰਦੀ। ਭਾਈ ਗੁਰਦਾਸ ਜੀ ਨੇ ਇੱਕ ਨਵਾਂ ਸਵਾਲ ਖੜਾ ਕਰ ਦਿੱਤਾ। ਕਹਿਣ ਲੱਗੇ ਤੇਰੀ ਜ਼ਬਾਨ ਤੋਂ ਕੁਛ ਆਖਿਆ ਹੋਇਆ ਹੀ ਸਭ ਕੁਝ ਹੁੰਦਾ। ਭਾਈ ਸਾਹਿਬ ਨੇ ਸਵਾਲ ਖੜਾ ਕੀਤਾ, ਕਹਿਣ ਲੱਗੇ ਖਾਂਡ ਖਾਂਡ ਕਹੇ ਮੁੱਖ ਮਿੱਠੋ ਨਾ ਸਵਾਦ ਆਵੇ। ਖੰਡ ਖੰਡ ਕਹਿਣ ਨਾਲ ਮੂੰਹ ਮਿੱਠਾ ਨਹੀਂ ਹੋ ਜਾਂਦਾ, ਮੇਰੇ ਲਫ਼ਜ਼ਾਂ ਦੇ ਮੁਤਾਬਿਕ ਨਹੀਂ। ਬਚਨ ਤੇ ਕਰਮ ਵੱਖ ਵੱਖ ਚੀਜ਼ਾਂ ਨੇ, ਮਨ ਬਚ ਕਰਮ ਤਿੰਨ ਲਫ਼ਜ਼ ਇਸੇ ਲਈ ਸਾਂਝੇ ਨੇ। ਮਨੁੱਖ ਦੀ ਜ਼ਿੰਦਗੀ ਕੀ ਹੈ? ਮਨ ਬਚ ਕਰਮ, ਮਨ ਤੋਂ ਪੈਦਾ ਹੋਏ ਖਿਆਲ, ਤਰਤੀਬ ਮਨ ਤੋਂ ਪੈਦਾ ਹੁੰਦੇ ਨੇ ਖਿਆਲ, ਉਹ ਜ਼ਬਾਨ ਤੇ ਬਚਨਾਂ ਵਿੱਚ ਜਾਂਦੇ ਨੇ ਤੇ ਉਹ ਬਚਨ ਕਰਮ ਵਿੱਚ ਪ੍ਰਵੇਸ਼ ਕਰਦੇ ਨੇ। ਜੇ ਮਨ ਦੇ ਖਿਆਲ ਮਨ ਵਿੱਚ ਰਹਿ ਜਾਣ ਤਾਂ ਵੀ ਅਧੂਰੇ, ਤੇ ਜੇ ਮਨ ਵਿੱਚੋਂ ਚੱਲੇ ਬਚਨਾਂ ਵਿੱਚ ਆ ਜਾਣ ਤੇ ਅੱਗੇ ਕਰਮ ਵਿੱਚ ਪ੍ਰਵੇਸ਼ ਨਾ ਕਰਨ ਤਦ ਵੀ ਅਧੂਰੇ। ਪੂਰੀ ਮੰਜ਼ਿਲ ਜਿਹੜੀ ਉਹ ਇਹ ਮਨ ਤੋਂ ਪੈਦਾ ਹੋਏ ਹੋਏ ਖਿਆਲ ਕਰਮਾਂ ਤੱਕ ਪੁੱਜਣ। ਹੁਣ ਸਵਾਲ ਹੈ ਵੀ ਮਨ ਤੋਂ ਖਿਆਲ ਕਿਹਦੇ ਪੈਦਾ ਹੋਣ? ਹਰ ਤਰ੍ਹਾਂ ਦੇ ਖਿਆਲ ਜਿਹੜੇ ਨੇ ਉਹ ਕਰਮਾਂ ਤੱਕ ਪ੍ਰਵੇਸ਼ ਕਰਦੇ ਨੇ। ਬਚਨ ਤੇ ਕਰਮ ਦਾ ਇਹ ਸੰਬੰਧ, ਮੇਰੇ ਬਚਨ ਨੇ ਹਜ਼ੂਰ ਨੇ ਬਾਣੀ ਵਿੱਚ ਵੀ ਆਖ ਦਿੱਤਾ, ਰਾਮ ਰਾਮ ਸਭ ਕੋ ਕਹੇ ਕਹਿਆ ਰਾਮ ਨਾ ਹੋਏ। ਜ਼ਬਾਨ ਤੋਂ ਭਾਈ ਸਾਹਿਬ ਨੇ ਵੀ ਸਵਾਲ ਖੜਾ ਕਰ ਦਿੱਤਾ, ਕਹਿਣ ਲੱਗੇ ਖਾਂਡ ਖਾਂਡ ਕਹੇ ਮੁੱਖ ਮਿੱਠੋ ਨਾ ਸਵਾਦ ਆਵੇ, ਅਗਨ ਅਗਨ ਕਹੇ ਸੀਤ ਨਾ ਵਿਨਾਸ ਹੈ। ਜੇ ਖੰਡ ਖੰਡ ਕੋਈ ਆਖੀ ਚਲਾ ਜਾਏ ਤਾਂ ਖੰਡ ਖੰਡ ਕਹਿਣ ਨਾਲ ਮੂੰਹ ਮਿੱਠਾ ਹੋ ਜਾਏਗਾ? ਸਰਦੀਆਂ ਦੇ ਦਿਹਾੜੇ ਹੋਣ, ਉਹ ਮਾਘ ਦੀ ਰਾਤ ਹੋਵੇ, ਪਾਲੇ ਨਾਲ ਠਰੂ ਠਰੂ ਕਰ ਰਿਹਾ ਹੋਵੇ ਤੇ ਐਸੇ ਸਮੇਂ ਕੋਈ ਅਗਨ 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 ਕਹਿਣ ਲੱਗ ਪਵੇ ਤਾਂ ਉਹਦੀ ਠੰਡ ਸ਼ੀਤਲਤਾ ਸਰਦੀ ਦੂਰ ਹੋ ਜਾਏਗੀ? ਕਹਿਣ ਲੱਗੇ ਜੇ ਇਹ ਨਹੀਂ ਤਾਂ ਤੂੰ ਕਿਸੇ ਬੱਚੇ ਨੂੰ ਗੋਦੀ ਵਿੱਚ ਲੈ ਕੇ ਜਿਉਂਦਾ ਰਹੋ ਜਿਉਂਦਾ ਰਹੋ ਜਿਉਂਦਾ ਰਹੋ ਆਖ ਦੇਵੇ ਤਾਂ ਉਹ ਜਿਉਂਦਾ ਰਹਿ ਜਾਏਗਾ? ਸੋਚਣਾ ਪਏਗਾ।
ਬਸ ਗੁਰੂ ਵਿੱਚ ਤੇ ਸਾਡੇ ਵਿੱਚ ਕੁਝ ਅੰਤਰ ਹੈ ਜਿਹੜੀ ਗੱਲ ਸਾਨੂੰ ਗੁਰੂ ਕੋਲੋਂ ਸਮਝਣੀ ਪੈਂਦੀ। ਹਿਰਦੇ ਵਿੱਚ ਹੱਥ ਮਾਰੋ, ਅਸੀਂ ਆਪਣੇ ਬੱਚਿਆਂ ਨੂੰ ਗੋਦੀ ਲੈ ਕੇ ਜਾਂ ਸਿਰ ਤੇ ਪਿਆਰ ਦੇ ਕੇ ਜ਼ਿੰਦਗੀ ਵਿੱਚ ਕਈ ਵਾਰ ਆਖਿਆ ਹੋਵੇਗਾ ਜਿਉਂਦਾ ਰਹੋ, ਕੇਵਲ ਇਹ ਨਹੀਂ ਕਰ ਜਿਉਂਦਾ ਰਹੋ, ਇਸ ਤੋਂ ਅੱਗੇ ਕੁਛ ਨਹੀਂ। ਪਰ ਗੁਰੂ ਆਖਦੇ ਮੇਰੇ ਕਹਿਣ ਨਾਲ ਨਹੀਂ, ਮੈਂ ਇਹਨੂੰ ਕੁਛ ਦੱਸਾਂਗੀ ਵੀ ਕਿਵੇਂ ਜਿਉਂਦਾ ਰਹੋ, ਮੇਰਾ ਕਹਿਣ ਨਾਲ ਕੁਛ ਨਹੀਂ ਬਣਦਾ। ਗੁਰੂ ਵੀ ਅਸੀਸ ਦਿੰਦਾ, ਅਸੀਂ ਇਹ ਗੱਲ ਤੇ ਘਰ ਵਿੱਚ ਹੀ ਆਖ ਸਕਦੇ ਹਾਂ ਜਿਉਂਦਾ ਰਹੋ, ਪਰ ਗੁਰੂ ਕੋਲੋਂ ਅਸੀਸ ਕਿਉਂ ਲੈਣਾ ਹੈ? ਕਿਉਂਕਿ ਗੁਰੂ ਮੇਰਾ ਜਿਉਂਦਾ ਰਹੋ ਨਹੀਂ ਆਖਦਾ, ਵੇਖੇ ਪੁੱਛਣਾ ਰਹਿਣਾ, ਗੁਰੂ ਮੇਰਾ ਜਿਉਂਦਾ ਰਹੋ ਨਹੀਂ ਆਖਦਾ। ਗੁਰੂ ਕਹਿੰਦਾ ਵੀ ਜਿਉਂਦਾ ਰਹੋ, ਪਰ ਤਾਂ ਆ ਮੇਰੀ ਤਰਕੀਬ ਵੀ ਲੈਣਾ ਜਿਉਂਦੇ ਰਹਿਣ ਦੀ। ਮੈਂ ਤੈਨੂੰ ਕੋਈ ਨੁਸਖਾ, ਕੋਈ ਦਵਾਈ, ਕੋਈ ਕੁੜੀ ਦੇਣਾ ਕਹਿ ਲੈ। ਗੁਰੂ ਕੋਲੋਂ ਅਸੀਸ ਲੈਣ ਦੀ ਤਾਂ ਲੋੜ ਹੈ ਕਿਉਂਕਿ ਗੁਰੂ ਪੂਰੀ ਅਸੀਸ ਦਿੰਦਾ, ਅਧੂਰੀ ਨਹੀਂ ਦਿੰਦਾ। ਅਸੀਂ ਕੇਵਲ ਜਿਉਂਦਾ ਰਹੋ ਆਖਦੇ ਹਾਂ, ਨਾਲ ਜੀਵਨ ਦਾ ਸਾਧਨ ਨਹੀਂ ਦਿੰਦੇ। ਤੇ ਗੁਰੂ ਆਖਦਾ ਜਿਉਂਦਾ ਰਹੋ, ਆ ਲੈ ਪੂਰੀ ਰਾਮ ਰਸਾਈ, ਆ ਲੈ ਦਵਾਈ ਰਾਮ ਰਸਾਈ। ਹਰ ਰੋਜ਼ ਸਵੇਰੇ ਉੱਠੀ ਤੇ ਉੱਠ ਕੇ ਨਿਰਣੇ ਰਾਮ ਪੀ ਲਈ, ਰਾਮ ਰਸਾਇਣ ਨਿਤ ਉੱਠ ਪੀਵੋ, ਹਰ ਰੋਜ਼ ਸਵੇਰੇ ਉੱਠ ਕੇ ਪੀ ਲਈ ਨਿਰਣੇ ਹਾਂ। ਇੱਕ ਲੈਂਸ ਕਰਾਂ, ਬੜਾ ਫਰਕ ਹੈ ਅੱਜ ਕੱਲ੍ਹ ਤੇ ਪੁਰਾਣੇ ਸਮੇਂ ਦੀਆਂ ਕੁਛ ਗੱਲਾਂ ਬੜੀਆਂ ਮੇਰ ਆਹਮਣੇ ਸਾਹਮਣੇ ਰੱਖ ਕੇ ਮੇਰ ਖਾਂਦੀਆਂ ਨੇ, ਵਿਚਾਰਨੀਆਂ ਪੈਂਦੀਆਂ। ਜਿੰਨੀਆਂ ਆਖਦੇ ਸਨ ਸਵੇਰੇ ਉੱਠ ਕੇ ਨਿਰਣੇ ਹਾਂ ਖਾਈ, ਬਜ਼ੁਰਗ ਜਾਣਦੇ ਨੇ ਕਿਸੇ ਵੈਦ ਕੋਲੋਂ ਹਕੀਮ ਕੋਲੋਂ ਦਵਾਈ ਲੈਣ ਜਾਓ ਨਾ, ਉਹ ਆਖਦੇ ਨਿਰਣੇ ਹਾਂ ਖਾਈ। ਤੇ ਅੱਜ ਕੱਲ ਐਲੋਪੈਥੀ ਵਿੱਚ ਕਿਸੇ ਡਾਕਟਰ ਕੋਲੋਂ ਕੋਈ ਦਵਾਈ ਲੈਣ ਜਾਓ, ਉੱਥੇ ਉਹਦੀ ਬਿਲਕੁਲ ਉਲਟ ਡਾਕਟਰ ਕੋਲੋਂ ਦਵਾਈ ਲੈ ਜਾਓ, ਉਹ ਕਦੀ ਨਹੀਂ ਆਖੇਗਾ ਨਿਰਣੇ ਹਾਂ ਖਾਣ, ਉਹ ਕਹੇਗਾ ਕੁਝ ਖਾ ਕੇ ਫਿਰ ਖਾਈ, ਕੁਝ ਖਾ ਕੇ ਫਿਰ ਖਾਈ। ਉਹਨੇ ਪੁੱਛੋ ਜੀ ਕਿਉਂ, ਉਹ ਕਹਿੰਦਾ ਕਿਤੇ ਨਿਰਣੇ ਹਾਂ ਖਾਧੀ ਹੋਈ ਦਵਾਈ ਰਿਐਕਸ਼ਨ ਨਾ ਕਰ ਜਾਏ, ਕਾਰਨ ਇਹਦਾ ਫਰਕ ਇਹ ਗੱਲ ਸਮਝਣ। ਪੁਰਾਣੇ ਜ਼ਮਾਨੇ ਦੇ ਵੈਦਾਂ ਹਕੀਮਾਂ ਦੀਆਂ ਦਵਾਈਆਂ ਅੰਮ੍ਰਿਤ ਹੁੰਦੀਆਂ ਸਨ, ਉਹਨਾਂ ਦੇ ਨਾਮ ਹੀ ਕਦੀ ਪੜੋ ਨਾ ਤਾਂ ਉਹਨਾਂ ਦੀਆਂ ਦਵਾਈਆਂ ਅੰਮ੍ਰਿਤ ਹੁੰਦੀਆਂ ਸਨ, ਅੰਮ੍ਰਿਤ ਵਰਗੀ ਨਾਮ ਕਰਦੇ ਸਨ। ਅੰਮ੍ਰਿਤ ਜੀਵਨ ਬੁੱਕੀ ਅੱਜ ਵੀ ਤੁਸੀਂ ਟੱਪੋ ਨਾ ਕਈ ਵੈਦਾਂ ਦੀਆਂ, ਉਹਨਾਂ ਦੀਆਂ ਦਵਾਈਆਂ ਦੇ ਨਾਮ ਵੀ ਹੋ ਜਾਂਦੇ, ਪਰ ਉਸ ਦੇ ਉਲਟ ਥਿਊਰੀ ਵੱਖ ਵੱਖ ਮਕਸਦ ਭਾਵੇਂ ਇੱਕੋ ਹੀ। ਜਿਹੜੇ ਡਾਕਟਰ ਨੇ ਇਹਨਾਂ ਦੀਆਂ ਜਿੰਨੀਆਂ ਦਵਾਈਆਂ ਨੇ ਇਹਨਾਂ ਉੱਤੇ ਕਰੀਬ ਅਕਸਰ ਬਹੁਤ ਦੀਆਂ ਦਵਾਈਆਂ ਤੇ ਲਿਖਿਆ ਹੁੰਦਾ ਪੋਇਜ਼ਨ, ਇਹ ਵੀ ਲਿਖਿਆ ਹੁੰਦਾ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ। ਭਾਵੇਂ ਗੱਲ ਮਕਸਦ ਇੱਕੋ ਹੀ, ਵੈਦ ਦਵਾਈ ਇਸ ਕਿਸਮ ਦੀ ਬਣਾਉਂਦੇ ਸਨ ਵੀ ਤੰਦਰੁਸਤੀ ਦੀ ਸ਼ਕਤੀ ਜਿਹੜੀ ਹੈ ਉਹ ਪੈਦਾ ਹੋਵੇ, ਜੀਵਤ ਹੋਵੇ, ਜਿਹੜੇ ਸੈੱਲ ਤੰਦਰੁਸਤੀ ਦੇ ਨੇ ਉਹ ਤੰਦਰੁਸਤ ਹੋਣ,
ਸ਼ਕਤੀਵਾਨ ਹੋਣ ਤੇ ਜਿਹੜੀ ਬਿਮਾਰੀ ਹੈ ਉਹਦੇ ਸੈੱਲ ਉਹਦੇ ਕੀਟਾਣੂ ਖਤਮ ਕਰ ਦਿੱਤੇ ਜਾਣ, ਆਪਣੇ ਆਪ ਖਤਮ ਹੋ ਜਾਣਗੇ, ਇਹਨਾਂ ਨੂੰ ਤਾਕਤਵਰ ਕਰੋ। ਉਸਦੇ ਉਲਟ ਡਾਕਟਰ ਦੀਆਂ ਸੂਈਆਂ ਕਹਿੰਦਾ ਜਿਹੜੇ ਰੋਗ ਦੇ ਕੀਟਾਣੂ ਨੇ ਉਹਨਾਂ ਨੂੰ ਜ਼ਹਿਰ ਦੇਣ, ਉਹ ਮਰ ਜਾਣ ਤਾਂ ਕਿ ਤੰਦਰੁਸਤ ਹੋ ਗਏ। ਹੁਣ ਦੇਖੋ ਤੰਦਰੁਸਤ ਦੋਵੇਂ ਕਰ ਰਹੇ, ਡਾਕਟਰ ਵੀ ਤੰਦਰੁਸਤ ਕਰਨ ਲਈ ਸੋਚ ਰਹੇ ਤੇ ਵੈਦ ਵੀ ਤੰਦਰੁਸਤ ਕਰਨ ਲਈ ਸੋਚ ਰਹੇ, ਪਰ ਵੈਦ ਨੇ ਦਵਾਈ ਬਣਾਈ ਹੈ ਜੀਵਨ ਦੇ ਤੰਦਰੁਸਤੀ ਦੇ ਸੈੱਲਾਂ ਨੂੰ ਸ਼ਕਤੀ ਦੇਣ ਲਈ, ਅੰਮ੍ਰਿਤ ਰੂਪ ਦਵਾਈ ਵੀ ਇਹ ਤਕੜੇ ਹੋਣ ਤੇ ਰੋਗ ਦੇ ਕੀਟਾਣੂਆਂ ਨੂੰ ਆਪੇ ਮਾਰ ਲੈਣਗੇ। ਪਰ ਡਾਕਟਰ ਨੇ ਦਵਾਈ ਬਣਾਈ ਹੈ ਜਿਹੜੇ ਰੋਗ ਦੇ ਕੀਟਾਣੂ ਨੇ ਇਹ ਮਰ ਜਾਣ, ਇਹ ਤੰਦਰੁਸਤ ਹੋ ਜਾਏਗਾ। ਇਸ ਲਈ ਉਹਨਾਂ ਨੇ ਕਿਸੇ ਨੂੰ ਮਾਰਨ ਲਈ ਬਣਾਈ ਹੈ, ਉਹਨੇ ਕਿਸੇ ਨੂੰ ਜਿਉਣ ਲਈ ਬਣਾਈ ਹੈ, ਇਸ ਲਈ ਉਹਨੇ ਆਪਦੀ ਦਵਾਈ ਦਾ ਨਾਮ ਪੋਇਜ਼ਨ ਰੱਖਿਆ, ਉਹਨੇ ਆਪਣੀ ਦਵਾਈ ਦਾ ਨਾਮ ਅੰਮ੍ਰਿਤ ਰੱਖਿਆ। ਤੇ ਇਸੇ ਲਈ ਇੱਕ ਫਰਕ ਹੁੰਦਾ ਹੈ, ਅੰਮ੍ਰਿਤ ਨਿਰਣੇ ਹਾਈ ਹੁੰਦਾ ਹੈ ਤੇ ਪੋਇਜ਼ਨ ਕੋਈ ਖਾ ਕੇ ਹੁੰਦਾ। ਹੁਣ ਮਸਲਾ ਇਹ ਹੈ ਵੀ ਨਾਮ ਅੰਮ੍ਰਿਤ ਜਿਹੜਾ ਉਹ ਨਿਤ ਉੱਠ ਪੀਵੋ ਨਿਰਣੇ ਹਾਂ ਕਿਉਂ ਹੈ, ਕਿਉਂਕਿ ਅੰਮ੍ਰਿਤ ਹੈ ਉਹ ਪੋਇਜ਼ਨ ਨਹੀਂ। ਹਜ਼ੂਰ ਕਹਿੰਦੇ ਨੇ ਮੇਰੇ ਮਨ ਅੰਮ੍ਰਿਤ ਹਮੇਸ਼ਾ ਨਿਰਣੇ ਹਾਂ ਕੀਤਾ ਜਾਂਦਾ ਹੈ। ਕਹਿਣ ਲੱਗੇ ਆਰਾਮ ਰਸਾਇਣ ਨਿਤ ਉੱਠ ਪੀਵੋ, ਜੀਵਤ 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 ਰਹੋ, ਜਿਉਂਦਾ ਰਹੋ ਜਿਉਂਦਾ ਰਹੋ। ਆ ਲੈ ਕੁੜੀ ਜਪਜੀ ਸਾਹਿਬ ਦੀ, ਆ ਲੈ ਕੁੜੀ ਪੰਜਾਂ ਬਾਣੀਆਂ ਦੀ ਨੁਸਖਾ, ਪੰਜਾਂ ਬਾਣੀਆਂ ਦਾ ਆ ਲੈ ਰਸਾਇਣ ਨਾਮ ਦੀ। ਪਰ ਇੱਕ ਖਿਆਲ ਕਰੀ, ਇਹ ਕਿਉਂਕਿ ਰਸਾਇਣ ਹੈ ਕਿਉਂਕਿ ਅੰਮ੍ਰਿਤ ਹੈ, ਇਸ ਲਈ ਇਹ ਕੁਝ ਖਾ ਕੇ ਨਹੀਂ, ਇਹ ਨਿਰਣੇ ਹਾਂ ਜੇ ਸਵੇਰੇ ਉੱਠ ਕੇ ਹੀ ਨਾ ਸਾਰੀਆਂ ਚੀਜ਼ਾਂ ਤੋਂ ਪਹਿਲਾਂ ਇਹ ਰਸਾਇਣ ਪੀ ਲੈ, ਕਿਉਂਕਿ ਅੰਮ੍ਰਿਤ ਜੋ ਹੈ ਇਹ ਨਿਰਣੇ ਹਾਂ ਪੀ ਲੈ। ਨਿਰਣੇ ਹਾਂ ਦਾ ਮਤਲਬ ਕੀ, ਨਿਰਅੰਨੇ ਜਦੋਂ ਅੰਨ ਅੰਦਰ ਨਾ ਗਿਆ ਹੋ, ਇਹ ਹੈ ਅੰਮ੍ਰਿਤ। ਯਕੀਨ ਕਰ ਮੈਂ ਤੈਨੂੰ ਕੇਵਲ ਅਸੀਸ ਇੰਨੀ ਅਧੂਰੀ ਨਹੀਂ ਦਿੰਦਾ ਕਿ ਜਿਉਂਦਾ ਰਹੋ ਜਿਉਂਦਾ ਰਹੋ ਜਿਉਂਦਾ ਰਹੋ, ਇਹ ਤੇ ਦੁਨੀਆਂ ਦੇ ਮਾਂ ਬਾਪ ਵੀ ਦਿੰਦੇ ਨੇ। ਮੈਂ ਤੈਨੂੰ ਅਧੂਰੀ ਅਸੀਸ ਨਹੀਂ ਦਿੰਦਾ, ਤੂੰ ਆਏ ਸ੍ਰੀ ਗੁਰੂ ਸਾਹਿਬ ਦੇ ਦਰਬਾਰ ਵਿੱਚ, ਤੂੰ ਆਏ ਗੁਰੂ ਦੇ ਦਰਬਾਰ ਵਿੱਚ, ਤੇ ਗੁਰੂ ਅਧੂਰੀ ਅਸੀਸ ਨਹੀਂ ਦਿੰਦਾ, ਗੁਰੂ ਪੂਰੀ ਅਸੀਸ ਦਿੰਦਾ ਹੈ। ਆਖਦਾ ਹੈ ਜਿਉਂਦਾ ਰਹੋ ਜਿਉਂਦਾ ਰਹੋ ਜਿਉਂਦਾ ਰਹੋ। ਆ ਲੈ ਜਪਜੀ ਸਾਹਿਬ ਦੀ ਪੁੜੀ, ਇੱਕ ਖਿਆਲ ਕਰੀ ਪੂਰੇ ਜੀਵਨ ਭਰ ਸਵੇਰੇ ਉੱਠ ਕੇ ਸਭ ਚੀਜ਼ ਤੋਂ ਪਹਿਲਾਂ ਨਿਰਣੇ ਹਾਂ ਲੈ ਲਿਆ ਕਰੀ ਤੇ ਫਿਰ ਜੀਉਂਦਾ ਰਹੇਗਾ। ਹਜ਼ੂਰ ਕਹਿੰਦੇ ਜੀਵਤ 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 ਰਹੋ, ਹਰ ਹਰ ਰਸਨਾ ਕਹੋ।